हेलो एवरीवन, तुहाडा सब दा मेरे इस यूट्यूब चैनल ते स्वागत है। ते मैं अज जिहड़ा टॉपिक लेके आया हाँ वो है बायबैक ऑफ शेयर्स। बायबैक ऑफ शेयर्स जिहड़ा वो बीकॉम लेवल दे स्टूडेंट्स वास्ते टॉपिक मैं डिस्कस करन जा रहे हैं। इस टॉपिक का जिवें कि नाम तो ही पता लग रहा है कि बायबैक ऑफ शेयर्स, शेयर्स नूं बायबैक करना, कंपनी अपने शेयर नूं बायबैक करती है। कंपनी जदों अपने शेयर नूं बायबैक करती है उहदे लई कंडीशंस की ने, शर्तां की ने, कि उहदा रिक्वायरमेंट्स ने, वो अज आपां सारियां इस दे विच डिस्कस करांगे। 1998 तों पहले बायबैक जिहड़ा है साडी कंट्री दे विच प्रोहिबिटेड सीगा। उदों कंपनीज एक्ट 1956 ਜਿਹੜਾ ਹੈ ਉਹ ਐਪਲੀਕੇਬਲ ਸੀਗਾ। 2013 ਦੇ ਵਿੱਚ ਇਹ ਕੰਪਨੀਜ਼ ਐਕਟ ਜਿਹੜਾ ਹੈ ਉਹ ਚੇਂਜ ਹੋਇਆ। ਕੰਪਨੀਜ਼ ਐਕਟ 1956 ਦੀ ਬਜਾਏ ਕੰਪਨੀਜ਼ ਐਕਟ 2013 ਐਪਲੀਕੇਬਲ ਹੋ ਗਿਆ। ਕੰਪਨੀਜ਼ ਐਕਟ 2013 ਜਿਹੜਾ ਹੈ ਉਹ ਰਿਵਾਈਜ਼ ਕੀਤਾ ਗਿਆ ਪੁਰਾਣੇ ਕੰਪਨੀਜ਼ ਐਕਟ ਨੂੰ 1956 ਨੂੰ। ਤੇ ਬਾਈਬੈਕ ਆਫ ਸ਼ੇਅਰ ਨਾਲ ਰਿਲੇਟਡ ਆਪਾਂ ਜ਼ਿਆਦਾ ਗੱਲ ਕਰਨੀ ਹੈ। ਕੰਪਨੀਜ਼ ਐਕਟ ਦੀ ਅਮੈਂਡਮੈਂਟ ਜਿਹੜੀ ਆ ਉਹ ਤੁਹਾਨੂੰ ਕੰਪਨੀ ਲਾ ਜਦੋਂ ਤੁਸੀਂ ਪੜ੍ਹੋਗੇ ਜੋ ਚੇਂਜਿਸ ਆਈਆਂ ਹੈ ਉਹਦੇ 'ਚ ਪਤਾ ਲੱਗਣਗੀਆਂ। ਕੰਪਨੀ ਲਾ ਬਾਈਬੈਕ ਆਫ ਸ਼ੇਅਰ ਤੇ ਵੀ ਉਸੇ ਤਰ੍ਹਾਂ ਪ੍ਰੋਵੀਜ਼ਨਸ ਲਾਗੂ ਕਰਦਾ ਹੈ। ਤਾਂ ਐਟ ਪ੍ਰੈਜੈਂਟ ਜਿਹੜੀਆਂ ਪ੍ਰੋਵੀਜ਼ਨਸ ਲਾਗੂ ਹੋ ਰਹੀਆਂ ਨੇ ਉਹ ਕੰਪਨੀਜ਼ ਐਕਟ 2013 ਵਾਲੀਆਂ ਲਾਗੂ ਹੋ ਰਹੀਆਂ ਨੇ। ਮੈਂ ਬਾਈਬੈਕ ਨਾਲ ਰਿਲੇਟਡ ਤੁਹਾਡੇ ਨਾਲ ਇਹ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਸ਼ੇਅਰ ਕਰ ਰਹੇ ਹਾਂ ਤੇ ਨਾਲ ਨਾਲ ਟੌਪਿਕ ਡਿਸਕਸ ਕਰ ਰਹੇ ਹਾਂ। ਬਾਈਬੈਕ ਆਫ ਸ਼ੇਅਰ ਜਿਹੜਾ ਪਹਿਲੀ ਵਾਰੀ ਸਾਡੇ ਕੰਟਰੀ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀਗਾ ਉਹ 24 ਅਕਤੂਬਰ 1998 ਨੂੰ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਦੀ ਜਿਹੜੀ ਇੱਕ ਕਾਨਫਰੰਸ ਹੋ ਰਹੀ ਸੀ, ਫੈਡਰੇਸ਼ਨ ਹੋ ਰਹੀ ਸੀ, ਉਸ ਦੇ ਵਿੱਚ ਸਾਡੇ ਦੈਟ ਟਾਈਮ ਪ੍ਰਾਈਮ ਮਿਨਿਸਟਰ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਉਹਦਾ ਜ਼ਿਕਰ ਕੀਤਾ ਤੇ ਉਹਨੂੰ ਲਾਗੂ ਕਰਨ ਦੀ ਗੱਲ ਕਹੀ। ਤੇ ਉਸ ਤੋਂ ਇੱਕ ਹਫ਼ਤੇ ਬਾਅਦ ਹੀ ਜਿਹੜਾ ਹੈ ਉਹ ਬਾਈਬੈਕ ਆਫ ਸ਼ੇਅਰ ਸਾਡੀ ਕੰਟਰੀ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਕੰਪਨੀਜ਼ ਐਕਟ 1956 ਦੇ ਵਿੱਚ ਅਮੈਂਡਮੈਂਟ ਕਰਕੇ। ਉਸ ਤੋਂ ਪਹਿਲੇ ਬਾਈਬੈਕ ਜਿਹੜਾ ਹੈ ਟੋਟਲੀ ਪ੍ਰੋਹਿਬਿਟਿਡ ਸੀਗਾ ਇੰਡੀਆ ਦੇ ਵਿੱਚ। ਜਿਵੇਂ ਕਿ ਮੈਂ ਆਪਣੀ ਸਲਾਈਡ 'ਚ ਇਹਦੇ ਬਾਰੇ ਲਿਖਿਆ ਹੈ, ਬਾਈਬੈਕ ਆਫ ਸ਼ੇਅਰਸ ਫਸਟ ਇੰਟਰੋਡਿਊਸ ਇਨ ਇੰਡੀਆ ਔਨ 24 ਅਕਤੂਬਰ 1998 ਬਾਈ ਦਾ ਪ੍ਰਾਈਮ ਮਿਨਿਸਟਰ ਸ਼੍ਰੀ ਅਟਲ ਬਿਹਾਰੀ ਵਾਜਪੇਈ ਇਨ ਐਨੂਅਲ ਸੈਸ਼ਨ ਆਫ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਵਿਦਇਨ ਏ ਵੀਕ ਫੋਲੋਡ ਬਾਈ ਦਿਸ ਅਨਾਊਂਸਮੈਂਟ ਗਵਰਨਮੈਂਟ ਆਫ ਇੰਡੀਆ ਇਸ਼ੂਡ ਐਨ ਆਰਡੀਨੈਂਸ ਫੋਰ ਬਾਈਬੈਕ ਆਫ ਸ਼ੇਅਰਸ ਅਮੈਂਡਿੰਗ ਕੰਪਨੀਜ਼ ਐਕਟ 1956। ਪ੍ਰਾਇਰ ਟੂ ਦਿਸ ਅਮੈਂਡਮੈਂਟ ਬਾਈਬੈਕ ਆਫ ਸ਼ੇਅਰ ਵਾਸ ਪ੍ਰੋਹਿਬਿਟਿਡ ਇਨ ਇੰਡੀਆ। ਯਾਨੀ ਇਸ ਅਮੈਂਡਮੈਂਟ ਤੋਂ ਪਹਿਲੇ ਜਿਹੜਾ ਹੈ ਬਾਈਬੈਕ ਆਫ ਸ਼ੇਅਰ ਇੰਡੀਆ ਦੇ ਵਿੱਚ ਪ੍ਰੋਹਿਬਿਟਿਡ ਸੀਗਾ, ਲਾਗੂ ਹੀ ਨਹੀਂ ਸੀਗਾ। ਇੰਡੀਆ ਦੇ ਵਿੱਚ ਬਾਈਬੈਕ ਆਫ ਸ਼ੇਅਰ ਇਸ ਅਮੈਂਡਮੈਂਟ ਤੋਂ ਬਾਅਦ ਲਾਗੂ ਹੋ ਗਿਆ। ਡੈਫੀਨੇਸ਼ਨ ਬਾਈਬੈਕ ਇਜ਼ ਦਾ ਪ੍ਰੋਸੈਸ ਬਾਈ ਵਿਚ ਕੰਪਨੀ ਬਾਈਬੈਕ ਇਟਸ ਸ਼ੇਅਰ ਫਰੋਮ ਦਾ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਯੂਜ਼ਲੀ ਐਟ ਏ ਪ੍ਰਾਈਸ ਹਾਇਰ ਦੈਨ ਦਾ ਮਾਰਕੀਟ ਪ੍ਰਾਈਸ। ਕੰਪਨੀ ਜਿਹੜੀ ਹੈ ਆਪਣੇ ਹੀ ਸ਼ੇਅਰ ਹੋਲਡਰਸ ਤੋਂ ਜਿਹੜੇ ਸ਼ੇਅਰਸ ਹੈ ਉਹ ਬਾਈਬੈਕ ਕਰ ਲੈਂਦੀ ਹੈ, ਯਾਨੀ ਵਾਪਸ ਖਰੀਦ ਲੈਂਦੀ ਹੈ, ਠੀਕ ਹੈ, ਹਾਇਰ ਪ੍ਰਾਈਸ ਤੇ, ਮਾਰਕੀਟ ਪ੍ਰਾਈਸ ਤੋਂ ਵੱਧ ਪ੍ਰਾਈਸ ਤੇ। ਵੈਨ ਦਾ ਕੰਪਨੀ ਬਾਈਬੈਕ ਦਾ ਸ਼ੇਅਰਸ ਦਾ ਨੰਬਰ ਆਫ ਸ਼ੇਅਰਸ ਆਊਟਸਟੈਂਡਿੰਗ ਇਨ ਦਾ ਮਾਰਕੀਟ ਰਿਡਿਊਸਿਸ ਔਰ ਫਾਲਸ। ਨੰਬਰ ਆਫ ਸ਼ੇਅਰ ਜਿਹੜੇ ਹੈ ਤੁਹਾਡੇ ਕੰਪਨੀ ਦੇ ਜਿਹੜੇ ਮਾਰਕੀਟ 'ਚ ਚੱਲ ਰਹੇ ਨੇ ਜਿੰਨੀ ਗਿਣਤੀ 'ਚ ਨੇ ਉਸ ਤੋਂ ਘੱਟ ਜਾਣਗੇ। ਓਬਵੀਅਸ ਹੈ ਜੇ ਸ਼ੇਅਰ ਵਾਪਸ ਖਰੀਦਾਂਗੇ ਤਾਂ ਨੰਬਰ ਆਫ ਸ਼ੇਅਰਸ ਦੀ ਗਿਣਤੀ ਜਿਹੜੀ ਹੈ ਘਟੇਗੀ, ਕਿਉਂਕਿ ਅਸੀਂ ਜਿਹੜੇ ਸ਼ੇਅਰ ਬਾਈਬੈਕ ਕਰਾਂਗੇ
ਉਹਨਾਂ ਦੀ ਇਮੀਡੀਏਟ ਕੈਂਸਲੇਸ਼ਨ ਵੀ ਕਰਾਂਗੇ। ਇਟ ਇਜ਼ ਦ ਆਪਸ਼ਨ ਅਵੇਲੇਬਲ ਟੂ ਸ਼ੇਅਰ ਹੋਲਡਰ ਟੂ ਐਗਜ਼ਿਟ ਫਰੋਮ ਦ ਕੰਪਨੀ ਬਿਜ਼ਨਸ। ਕੰਪਨੀ ਬਿਜ਼ਨਸ ਚੋਂ ਸ਼ੇਅਰ ਹੋਲਡਰਸ ਐਗਜ਼ਿਟ ਕਰ ਸਕਦੇ ਆ ਇਸ ਆਪਸ਼ਨ ਦੇ ਨਾਲ। ਇਟ ਇਜ਼ ਗਵਰਨਡ ਬਾਈ ਸੈਕਸ਼ਨ 68 ਆਫ ਦ ਕੰਪਨੀਜ਼ ਐਕਟ 2013। ਇਹਨੂੰ ਜਿਹੜਾ ਹੈ ਕੰਪਨੀਜ਼ ਐਕਟ 2013 ਦਾ ਸੈਕਸ਼ਨ 68 ਐਟ ਪ੍ਰੈਜੈਂਟ ਗਵਰਨ ਕਰ ਰਿਹਾ ਹੈ। ਠੀਕ ਹੈ। ਓਬਜੈਕਟਿਵਸ ਆਫ ਦ ਬਾਈਬੈਕ ਆਫ ਸ਼ੇਅਰਸ। ਫਸਟ ਓਬਜੈਕਟਿਵ ਹੈ ਸਾਡਾ ਇਨਕਰੀਜ਼ ਇਨ ਅਰਨਿੰਗ ਪਰ ਸ਼ੇਅਰ। ਅਰਨਿੰਗ ਪਰ ਸ਼ੇਅਰ ਜਿਹੜੀ ਹੈ ਉਹ ਇਨਕਰੀਜ਼ ਕਰ ਜਾਏਗੀ। ਅਰਨਿੰਗ ਪਰ ਸ਼ੇਅਰ ਦਾ ਮਤਲਬ ਹੈ ਪਰ ਸ਼ੇਅਰ ਇਨਕਮ ਕਿੰਨੀ ਹੋਈ, ਪਰ ਸ਼ੇਅਰ ਕਮਾਈ ਕਿੰਨੀ ਹੋਈ ਹੈ। ਇਹ ਕਿੱਦਾਂ ਪਤਾ ਲੱਗਦੀ ਹੈ? ਜਿੰਨੀ ਸਾਡੇ ਕੋਲ ਫਾਈਨਲ ਕਮਾਈ ਹੈ ਸ਼ੇਅਰ ਹੋਲਡਰਸ ਵਾਸਤੇ, ਪ੍ਰੈਫਰੈਂਸ ਡਿਵੀਡੈਂਡ ਦੇਣ ਤੋਂ ਬਾਅਦ, ਇੰਟਰਸਟ ਦੇਣ ਤੋਂ ਬਾਅਦ, ਟੈਕਸ ਦੇਣ ਤੋਂ ਬਾਅਦ, ਉਹਨੂੰ ਨੰਬਰ ਆਫ ਸ਼ੇਅਰਸ ਨਾਲ ਜਦੋਂ ਡਿਵਾਈਡ ਕੀਤਾ ਜਾਂਦਾ ਤਾਂ ਸਾਨੂੰ ਅਰਨਿੰਗ ਪਰ ਸ਼ੇਅਰ ਪਤਾ ਲੱਗਦੀ ਹੈ ਵੀ ਪਰ ਸ਼ੇਅਰ ਅਸੀਂ ਕਿੰਨੀ ਕਮਾਈ ਕਰ ਰਹੇ ਹਾਂ। ਫੋਰ ਐਗਜ਼ਾਮਪਲ, ਜੇ 10 ਲੱਖ ਦਾ ਸਾਡਾ ਪ੍ਰੋਫਿਟਸ ਹੈ ਆਫਟਰ ਐਵਰੀਥਿੰਗ, ਇੰਟਰਸਟ, ਟੈਕਸ ਐਂਡ ਪ੍ਰੈਫਰੈਂਸ ਡਿਵੀਡੈਂਡ, ਔਰ ਸਾਡੇ ਕੋਲ 1 ਲੱਖ ਸ਼ੇਅਰ ਹੈ ਤਾਂ 10 ਰੁਪਏ ਪਰ ਸ਼ੇਅਰ ਅਰਨਿੰਗ ਹੋਈ। ਜੇ ਅਸੀਂ ਇਹਦੇ ਚੋਂ 2 ਲੱਖ ਸ਼ੇਅਰ, 1 ਲੱਖ ਸ਼ੇਅਰ ਚੋਂ ਅਸੀਂ ਮੰਨ ਲਓ 20,000 ਸ਼ੇਅਰ ਵਾਪਸ ਲੈ ਲੈਂਦੇ ਹਾਂ ਤਾਂ 10 ਲੱਖ ਦਾ ਪ੍ਰੋਫਿਟ 80,000 ਸ਼ੇਅਰਾਂ 'ਚ ਵੰਡਿਆ ਜਾਏਗਾ, ਤਾਂ ਉਹਦੇ ਨਾਲ ਪਰ ਸ਼ੇਅਰ ਜਿਹੜੀ ਅਰਨਿੰਗ ਹੈ ਉਹ ਲਗਭਗ 12.5 ਰੁਪਏ ਹੋ ਜਾਏਗੀ। ਯਾਨੀ ਨੰਬਰ ਆਫ ਸ਼ੇਅਰ ਘਟਣ ਨਾਲ ਅਰਨਿੰਗ ਪਰ ਸ਼ੇਅਰ ਵੱਧਦੀ ਹੈ। ਇਨਕਰੀਜ਼ ਇਨ ਦਾ ਈਪੀਐਸ, ਦਾ ਈਪੀਐਸ ਆਫ ਦਾ ਕੰਪਨੀ ਵਿਲ ਗੋ ਅਪ ਅਜ਼ਿਊਮਿੰਗ ਨੋ ਰਿਡਕਸ਼ਨ ਇਨ ਦਾ ਅਰਨਿੰਗ ਆਫ ਦਾ ਕੰਪਨੀ। ਇਹਦੇ ਨਾਲ ਅਸੀਂ ਇਹ ਵੀ ਅਜ਼ਿਊਮ ਕਰਕੇ ਚੱਲਦੇ ਹਾਂ ਕਿ ਕੰਪਨੀ ਦੀ ਅਰਨਿੰਗ ਹੁੰਦੇ ਸੀ ਉਨੀ ਰਹੀ ਪਰ ਕੈਪੀਟਲ ਘੱਟ ਗਈ। ਠੀਕ ਹੈ, ਇੱਕ ਗੱਲ। ਦੂਜਾ, ਇਨਕਰੀਜ਼ ਇਨ ਦਾ ਪ੍ਰਮੋਟਰਸ ਹੋਲਡਿੰਗ ਆਫ ਇਨ ਦਾ ਕੰਪਨੀ। ਪ੍ਰਮੋਟਰਸ ਜਿਹੜੇ ਕੰਪਨੀ ਨੂੰ ਸ਼ੁਰੂ ਕਰਦੇ ਆ ਉਹਨਾਂ ਦੀ ਹੋਲਡਿੰਗ ਵੀ ਕੰਪਨੀ ਦੇ ਵਿੱਚ ਇਹਦੇ ਨਾਲ ਵੱਧ ਜਾਂਦੀ ਹੈ। ਇਨਕਰੀਜ਼ ਇਨ ਦਾ ਹੋਲਡਿੰਗ ਆਫ ਦਾ ਪ੍ਰਮੋਟਰਸ ਇਨ ਦਾ ਕੰਪਨੀ। ਦੈਨ ਸੈਂਡ ਅ ਸਿਗਨਲ ਅਮੰਗ ਦਾ ਇਨਵੈਸਟਰਸ ਅਬਾਊਟ ਕੰਪਨੀਜ਼ ਫਾਈਨੈਂਸ਼ੀਅਲ ਸਟਰੈਂਥ ਐਂਡ ਪ੍ਰੋਸਪੈਕਟਸ। ਇਨਵੈਸਟਰਸ ਦੇ ਵਿੱਚ ਇੱਕ ਸਿਗਨਲ ਜਾਂਦਾ ਵੀ ਕੰਪਨੀ ਜਿਹੜੀ ਹੈ ਸਟਰੋਂਗ ਹੈ, ਇਹ ਆਪਣੇ ਸ਼ੇਅਰ ਵੀ ਵਾਪਸ ਕਰਕੇ ਕੈਪੀਟਲ ਜਿਹੜੀ ਹੈ ਵਾਪਸ ਕੈਂਸਲ ਕਰ ਸਕਦੀ ਹੈ। ਉਹਦੇ ਨਾਲ ਕੀ ਹੈ, ਅਰਨਿੰਗ ਪਰ ਸ਼ੇਅਰ ਇਹਦੀ ਵੱਧ ਰਹੀ ਹੈ ਕੰਪਨੀ। ਠੀਕ ਹੈ, ਇਹ ਇਨਵੈਸਟਰਸ ਦੇ ਵਿੱਚ ਇੱਕ ਗੁੱਡ ਮੈਸੇਜ ਜਾਂਦਾ ਹੈ। ਉਹਦੇ ਨਾਲ ਜਿਹੜੇ ਇਨਵੈਸਟਰਸ ਤੁਹਾਡੀ ਕੰਪਨੀ ਵੱਲ ਇਨਵੈਸਟ ਕਰਨ ਦਾ ਡਿਸੀਜਨ ਲੈਂਦੇ ਆ। ਹੈਲਪ ਦਾ ਕੰਪਨੀ ਟੂ ਡਿਸਟ੍ਰੀਬਿਊਟ ਸਰਪਲਸ ਕੈਸ਼ ਅਮੰਗ ਦਾ ਇਨਵੈਸਟਰਸ। ਇਸ ਤੋਂ ਇਲਾਵਾ ਜਿਹੜਾ ਕੋਈ ਸਰਪਲਸ ਕੈਸ਼ ਪਿਆ, ਓਬਵੀਅਸ ਹੈ ਜੇ ਸਰਪਲਸ ਕੈਸ਼ ਹੈ ਤਾਂ ਹੀ ਅਸੀਂ ਬਾਈਬੈਕ ਕਰਾਂਗੇ ਨਾ, ਤਾਂ ਕੰਪਨੀ ਆਪਣੇ ਸਰਪਲਸ ਕੈਸ਼ ਨੂੰ ਐਡਜਸਟ ਕਰ ਲੈਂਦੀ ਹੈ, ਡਿਸਟ੍ਰੀਬਿਊਟ ਕਰ ਲੈਂਦੀ ਹੈ ਆਪਣੇ ਸ਼ੇਅਰ ਹੋਲਡਰਸ ਦੇ ਵਿੱਚ। ਆਲਟਰ ਦਾ ਕੈਪੀਟਲ ਸਟਰਕਚਰ, ਇਹਦੇ ਨਾਲ ਨਾਲ ਕੰਪਨੀ ਦਾ ਕੈਪੀਟਲ ਸਟਰਕਚਰ ਵੀ ਆਲਟਰ ਹੁੰਦਾ ਹੈ। ਕੈਪੀਟਲ ਸਟਰਕਚਰ ਦੇ ਵਿੱਚ ਸਾਡੇ ਜਿਹੜੇ ਲਾਇਬਿਲਿਟੀ ਸਾਈਡ ਦੇ ਐਲੀਮੈਂਟ ਹੈ, ਸ਼ੇਅਰ ਕੈਪੀਟਲ ਔਰ ਰਿਜ਼ਰਵ ਸਰਪਲਸ ਔਰ ਤੁਹਾਡਾ ਲੌਂਗ ਟਰਮ ਡੈਟਸ, ਸ਼ੋਰਟ ਟਰਮ ਡੈਟਸ, ਇਹ ਇਹਨਾਂ ਦਾ ਕਿੰਨਾ ਕਿੰਨਾ ਸ਼ੇਅਰ ਹੈ ਟੋਟਲ ਲਾਇਬਿਲਿਟੀਜ਼ ਦੇ ਵਿੱਚ, ਉਹਦੇ ਹਿਸਾਬ ਨਾਲ ਸਾਡਾ ਕੈਪੀਟਲ ਸਟਰਕਚਰ ਜਿਹੜਾ ਡਿਟਰਮਿਨ ਹੁੰਦਾ ਹੈ। ਤਾਂ ਕੈਪੀਟਲ ਸਟਰਕਚਰ ਵੀ ਜਿਹੜਾ ਹੈ ਆਲਟਰ ਹੋ ਜਾਂਦਾ ਜਦੋਂ ਅਸੀਂ ਇਹ ਚੀਜ਼ਾਂ ਲਾਗੂ ਕਰਦੇ ਹਾਂ। ਉਸ ਤੋਂ ਬਾਅਦ ਰੈਗੂਲੇਸ਼ਨਸ ਆਫ ਬਾਈਬੈਕ ਆਫ ਸ਼ੇਅਰਸ ਇਨ ਇੰਡੀਅਨ ਸਿਨੈਰੀਓ। ਇੰਡੀਅਨ ਸਿਨੈਰੀਓ ਦੇ ਵਿੱਚ ਜਿਹੜੀਆਂ ਰੈਗੂਲੇਸ਼ਨਸ ਹੈ ਉਹ ਕੀ ਨੇ, ਯਾਨੀ ਇੰਡੀਅਨ ਕੰਪਨੀਜ਼ ਐਕਟ ਨੇ ਕਿਸ ਤਰ੍ਹਾਂ ਦੇ ਰੂਲਸ ਰੈਗੂਲੇਸ਼ਨ ਬਣਾਏ ਨੇ ਇਹਨੂੰ ਬਾਈਬੈਕ ਨੂੰ ਪਰਮਿਟ ਕਰਨ ਦੇ। ਸਭ ਤੋਂ ਪਹਿਲੇ ਹੈ, ਅਕੋਰਡਿੰਗ ਟੂ ਸੈਕਸ਼ਨ 68 ਦਾ ਕੰਪਨੀਜ਼ ਐਕਟ 2013, ਅ ਕੰਪਨੀ ਮੇ ਪਰਚੇਜ਼ ਇਟਸ ਓਨ ਸ਼ੇਅਰਸ ਔਰ ਅਦਰ ਸਪੈਸੀਫਾਈਡ ਸਕਿਉਰਟੀਜ਼। ਕੰਪਨੀ ਆਪਣੇ ਸ਼ੇਅਰਸ ਔਰ ਸਪੈਸੀਫਾਈਡ ਸਕਿਉਰਟੀਜ਼ ਖਰੀਦ ਸਕਦੀ ਹੈ, ਪਰ ਆਊਟ ਆਫ ਯਾਨੀ ਕਿਸ ਜਗ੍ਹਾ ਤੋਂ, ਕਿਸ ਫੰਡ ਚੋਂ ਖਰੀਦ ਸਕਦੀ ਹੈ। ਫਸਟ, ਇਟਸ ਫ੍ਰੀ ਰਿਜ਼ਰਵਸ ਵਿਚ ਆਰ ਫ੍ਰੀ ਫੋਰ ਡਿਸਟ੍ਰੀਬਿਊਸ਼ਨ ਆਫ ਡਿਵੀਡੈਂਡ, ਆਊਟ ਆਫ ਸਕਿਉਰਟੀ ਪ੍ਰੀਮੀਅਮਸ ਐਂਡ ਦ ਪ੍ਰੋਸੀਡਸ ਆਫ ਦ ਇਸ਼ੂ ਆਫ ਨਿਊ ਸ਼ੇਅਰਸ। ਯਾਨੀ ਫ੍ਰੀ ਰਿਜ਼ਰਵ ਚੋਂ, ਸਕਿਉਰਟੀ ਪ੍ਰੀਮੀਅਮ ਚੋਂ ਜਾਂ ਨਵੇਂ ਸ਼ੇਅਰ ਇਸ਼ੂ ਕਰਕੇ ਜਿਹੜੀ ਹੈ ਕੰਪਨੀ ਆਪਣੇ ਸ਼ੇਅਰ ਬਾਈਬੈਕ ਕਰ ਸਕਦੀ ਹੈ। ਠੀਕ ਹੈ, ਨਵੇਂ ਸ਼ੇਅਰ ਇਸ਼ੂ ਕਰਕੇ ਕਰਨ ਦਾ ਜਾਂ ਇਹਦੇ ਚੋਂ ਫ੍ਰੀ ਰਿਜ਼ਰਵ ਚੋਂ ਕਰਨ ਦਾ ਇਹਦਾ ਮਤਲਬ ਕੀ ਹੈ? ਫ੍ਰੀ ਰਿਜ਼ਰਵ ਚੋਂ ਅਗਰ ਤੁਸੀਂ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਫੰਡ ਕ੍ਰੀਏਟ ਕਰਨਾ ਪੈਂਦਾ ਜਿਹਨੂੰ ਅਸੀਂ ਕਹਿੰਦੇ ਹਾਂ ਕੈਪੀਟਲ ਅਡੰਪਸ਼ਨਸ ਰਿਜ਼ਰਵ। ਜਿੰਨੀ ਤੁਸੀਂ ਕੈਪੀਟਲ ਕੈਂਸਲ ਕਰੋਗੇ ਉਹਦੇ ਬਰਾਬਰ ਦਾ ਅਮਾਊਂਟ ਦਾ ਫੰਡ
ਸਿਕਿਉਰਟੀ ਪ੍ਰੀਮੀਅਮ ਅਕਾਊਂਟ ਤੇ ਫ੍ਰੀ ਰਿਜ਼ਰਵ ਅਕਾਊਂਟ 'ਚ ਤੁਹਾਨੂੰ ਕੈਪੀਟਲ ਰਮਸ਼ਨ ਰਿਜ਼ਰਵ ਨਾਮ ਦਾ ਅਕਾਊਂਟ ਇੱਕ ਕ੍ਰੀਏਟ ਕਰਨਾ ਪਏਗਾ, ਫੰਡ ਕ੍ਰੀਏਟ ਕਰਨਾ ਪਏਗਾ। ਪਰ ਅਗਰ ਤੁਸੀਂ ਓਪਨ ਮਾਰਕੀਟ 'ਚੋਂ ਪਰਚੇਜ ਕਰਕੇ ਜਾਂ ਵੈਸੇ ਬਾਈਬੈਕ ਕਰ ਲੈਂਦੇ ਹੋ ਸ਼ੇਅਰ ਹੋਲਡਰਸ ਨੂੰ ਆਪਸ਼ਨ ਦੇ ਕੇ, ਠੀਕ ਹੈ, ਤੇ ਉਹਦੇ ਬਦਲੇ ਨਵੇਂ ਸ਼ੇਅਰ ਇਸ਼ੂ ਕਰਦੇ ਹੋ, ਠੀਕ ਹੈ, ਤਾਂ ਫਿਰ ਉਹ ਜਿੰਨੀ ਤੁਸੀਂ ਕੈਪੀਟਲ ਨਵੀਂ ਇਸ਼ੂ ਕੀਤੀ ਉਹਨੂੰ ਛੱਡ ਕੇ ਬਾਕੀ ਦਾ ਤੁਹਾਨੂੰ ਕੈਪੀਟਲ ਰਮਸ਼ਨ ਰਿਜ਼ਰਵ ਬਣਾਉਣਾ ਪਏਗਾ। ਐਗਜ਼ਾਮਪਲ ਦੇ ਤੌਰ ਤੇ ਜੇ ਤੁਸੀਂ 10 ਲੱਖ ਦੀ ਕੈਪੀਟਲ ਕੈਂਸਲ ਕਰ ਰਹੇ ਹੋ, ਬਾਈਬੈਕ ਕਰ ਰਹੇ ਹੋ, ਤਾਂ ਉਹਦੇ ਬਦਲੇ ਮੰਨ ਲਓ 6 ਲੱਖ ਦੀ ਨਵੀਂ ਕੈਪੀਟਲ ਇਸ਼ੂ ਕਰਤੀ, ਤਾਂ ਤੁਸੀਂ 4 ਲੱਖ ਦਾ ਕੈਪੀਟਲ ਰਮਸ਼ਨ ਰਿਜ਼ਰਵ ਬਣਾਉਣਾ ਪਏਗਾ। ਯਾਨੀ ਕੈਪੀਟਲ ਰਮਸ਼ਨ ਰਿਜ਼ਰਵ ਪਲੱਸ ਨਿਊ ਕੈਪੀਟਲ ਮਸਟ ਬੀ ਇਕੁਅਲ ਟੂ ਦਾ ਕੈਪੀਟਲ ਬਾਈਬੈਕ, ਕੈਪੀਟਲ ਜਿੰਨੀ ਬਾਈਬੈਕ ਕੀਤੀ ਹੈ ਉਹਦੇ ਬਰਾਬਰ ਇਹ ਹੋਣਾ ਚਾਹੀਦਾ। ਠੀਕ ਹੈ ਜੀ। ਬਾਈਬੈਕ ਆਫ ਸ਼ੇਅਰ ਆਫ ਐਨੀ ਕਾਇੰਡ ਇਜ਼ ਨੋਟ ਅਲਾਊਡ ਆਊਟ ਆਫ ਦਾ ਫਰੈਸ਼ ਇਸ਼ੂ ਆਫ ਸ਼ੇਅਰਸ ਆਫ ਸੇਮ ਕਾਇੰਡ। ਇੱਕ ਸੇਮ ਤਰ੍ਹਾਂ ਦੇ ਫਰੈਸ਼ ਇਸ਼ੂ ਸ਼ੇਅਰ ਇਸ਼ੂ ਕਰਕੇ ਤੁਸੀਂ ਬਾਈਬੈਕ ਨਹੀਂ ਕਰ ਸਕਦੇ। ਯਾਨੀ ਇਹ ਨਹੀਂ ਹੈ ਕਿ ਇਕੁਇਟੀ ਸ਼ੇਅਰ ਬਾਈਬੈਕ ਕਰੋ ਔਰ ਇਕੁਇਟੀ ਸ਼ੇਅਰ ਹੀ ਇਸ਼ੂ ਕਰਦੇ। ਠੀਕ ਹੈ। ਇਨ ਅਦਰ ਵਰਡਸ, ਇਫ ਇਕੁਇਟੀ ਸ਼ੇਅਰਸ ਆਰ ਟੂ ਬੀ ਬੌਟ ਬੈਕ, ਪ੍ਰੈਫਰੈਂਸ ਸ਼ੇਅਰਸ ਔਰ ਡਿਬੈਂਚਰਸ ਮੇ ਬੀ ਇਸ਼ੂਡ ਫੋਰ ਬਾਈਬੈਕ ਆਫ ਇਕੁਇਟੀ ਸ਼ੇਅਰਸ। ਪ੍ਰੈਫਰੈਂਸ ਸ਼ੇਅਰ ਔਰ ਡਿਬੈਂਚਰ ਤਾਂ ਇਸ਼ੂ ਕਰ ਸਕਦੇ ਹੋ ਪਰ ਇਕੁਇਟੀ ਸ਼ੇਅਰ ਨਹੀਂ ਇਸ਼ੂ ਕਰ ਸਕਦੇ। ਠੀਕ ਹੈ। ਦੈਨ ਨੋ ਕੰਪਨੀ ਸ਼ੈਲ ਪਰਚੇਜ਼ ਇਟਸ ਓਨ ਸ਼ੇਅਰ ਔਰ ਅਦਰ ਸਪੈਸੀਫਾਈਡ ਸਿਕਿਉਰਟੀਜ਼ ਅਨਲੈਸ, ਕੋਈ ਵੀ ਕੰਪਨੀ ਆਪਣੇ ਸ਼ੇਅਰਸ ਜਾਂ ਸਪੈਸੀਫਾਈਡ ਸਿਕਿਉਰਟੀਜ਼ ਨੂੰ ਬਾਈਬੈਕ ਤਦ ਤੱਕ ਨਹੀਂ ਕਰ ਸਕਦੀ ਜਦ ਤੱਕ ਦ ਬਾਈਬੈਕ ਇਜ਼ ਆਥੋਰਾਈਜ਼ ਬਾਈ ਇਟਸ ਆਰਟੀਕਲਸ, ਆਰਟੀਕਲਸ ਆਫ ਐਸੋਸੀਏਸ਼ਨ। ਕੰਪਨੀ ਦਾ ਇੱਕ ਮੇਨ ਡਾਕੂਮੈਂਟ ਹੈ। ਅਗਰ ਆਰਟੀਕਲਸ ਆਫ ਐਸੋਸੀਏਸ਼ਨ ਦੇ ਵਿੱਚ ਰਿਟਨ ਪਰਮਿਸ਼ਨ ਨਹੀਂ ਹੈਗੀ ਤਾਂ ਤੁਸੀਂ ਆਪਣੇ ਸ਼ੇਅਰ ਬਾਈਬੈਕ ਨਹੀਂ ਕਰ ਸਕਦੇ। ਇਹ ਸਪੈਸ਼ਲ ਰੈਜੋਲੂਸ਼ਨ ਹੈਜ਼ ਬੀਨ ਪਾਸ ਇਟ ਏ ਜਨਰਲ ਮੀਟਿੰਗ ਆਫ ਦਾ ਕੰਪਨੀ ਆਥੋਰਾਈਜ਼ਿੰਗ ਦਾ ਬਾਈਬੈਕ। ਇਸ ਤੋਂ ਇਲਾਵਾ ਜਨਰਲ ਮੀਟਿੰਗ ਬੁਲਾ ਕੇ ਉਹਦੇ 'ਚ ਇੱਕ ਸਪੈਸ਼ਲ ਰੈਜੋਲੂਸ਼ਨ ਪਾਸ ਕਰਨਾ ਜ਼ਰੂਰੀ ਹੈ। ਸਪੈਸ਼ਲ ਰੈਜੋਲੂਸ਼ਨ ਪਾਸ ਕਰਕੇ ਹੀ ਤੁਸੀਂ ਬਾਈਬੈਕ ਕਰ ਸਕਦੇ ਹੋ। ਸਪੈਸ਼ਲ ਰੈਜੋਲੂਸ਼ਨ ਦਾ ਮਤਲਬ ਹੈ ਕਿ ਪ੍ਰੈਜੈਂਟ ਮੈਂਬਰਸ ਦੇ 75% ਤੋਂ ਵੱਧ ਦੀ ਵੋਟਿੰਗ ਜਿਹੜੀ ਹੈ ਉਹ ਬਾਈਬੈਕ ਦੇ ਹੱਕ 'ਚ ਹੋਣੀ ਚਾਹੀਦੀ ਹੈ। ਅਗਰ 75% ਤੋਂ ਵੱਧ ਲੋਕ ਐਗਰੀ ਕਰਦੇ ਆ, ਮੈਂਬਰਸ ਐਗਰੀ ਕਰਦੇ ਆ, ਤਾਂ ਹੀ ਬਾਈਬੈਕ ਪਰਮਿਟ ਹੋਏਗਾ, ਅਦਰਵਾਈਜ਼ ਨਹੀਂ। ਸਪੈਸ਼ਲ ਰੈਜੋਲੂਸ਼ਨ ਦਾ ਇਹ ਮਤਲਬ ਹੈ। ਆਰਡੀਨਰੀ ਰੈਜੋਲੂਸ਼ਨ 51% ਤੇ ਹੁੰਦਾ, ਸਪੈਸ਼ਲ ਰੈਜੋਲੂਸ਼ਨ 75% ਵੋਟਿੰਗ ਤੇ ਹੁੰਦਾ। ਪ੍ਰੋਵਾਈਡਿਡ ਦੈਟ ਨਥਿੰਗ ਕੰਟੇਨਡ ਇਨ ਦਿਸ ਕਲੋਜ਼ ਸ਼ੈਲ ਅਪਲਾਈ ਟੂ ਏ ਕੇਸ ਵੇਅਰ, ਇੱਥੇ ਹੁਣ ਨਾਲ ਕੰਡੀਸ਼ਨ ਰੱਖਦੀ ਵੀ ਜਿਹੜੇ ਹੁਣ ਅਗਲੇ ਕੇਸ ਹੈ ਇਹਨਾਂ ਕੇਸ ਤੇ ਉਹ ਕੰਡੀਸ਼ਨ ਅਪਲਾਈ ਨਹੀਂ ਹੁੰਦੀ ਜਿਹੜੀ ਆਪਾਂ ਉੱਪਰਲੀਆਂ ਦੋ ਪੜ੍ਹੀਆਂ ਨੇ, ਇੱਕ ਆਰਟੀਕਲਸ ਲਿਖਣ ਵਾਲੀ ਤੇ ਇੱਕ ਸਪੈਸ਼ਲ ਰੈਜੋਲੂਸ਼ਨ ਵਾਲੀ। ਕਦੋਂ? ਜਦੋਂ ਬਾਈਬੈਕ 10% ਜਾਂ ਉਸ ਤੋਂ ਘੱਟ ਸ਼ੇਅਰਾਂ ਦਾ ਹੋਵੇ, ਜਾਂ ਜਿਹੜਾ ਤੇ ਨਾਲ ਦੀ ਨਾਲ ਉਹ ਬਾਈਬੈਕ ਜਿਹੜਾ ਹੈ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਦੇ ਵਿੱਚ ਆਥੋਰਾਈਜ਼ ਕੀਤਾ ਗਿਆ ਹੋਵੇ ਇੱਕ ਰੈਜੋਲੂਸ਼ਨ ਪਾਸ ਕਰ। ਠੀਕ ਹੈ। ਦ ਬਾਈਬੈਕ ਇਜ਼ 10% ਔਰ ਲੈਸ ਆਫ ਦਾ ਪੇਡ ਅਪ ਕੈਪੀਟਲ ਐਂਡ ਫ੍ਰੀ ਰਿਜ਼ਰਵਸ ਆਫ ਦਾ ਕੰਪਨੀ ਐਂਡ ਸੱਚ ਬਾਈਬੈਕ ਹੈਜ਼ ਬੀਨ ਆਥੋਰਾਈਜ਼ ਬਾਈ ਦਾ ਬੋਰਡ ਆਫ ਡਾਇਰੈਕਟਰਸ। ਯਾਨੀ ਦੋਨੋਂ ਕੰਡੀਸ਼ਨ ਇਹ ਪੂਰੀਆਂ ਹੋਣੀਆਂ ਚਾਹੀਦੀਆਂ। 10% ਤੋਂ ਘੱਟ ਹੈ ਤੁਹਾਨੂੰ ਉੱਪਰਲੀਆਂ ਕੰਡੀਸ਼ਨ ਪੂਰੀਆਂ ਕਰਨ ਦੀ ਲੋੜ ਨਹੀਂ, ਆਰਟੀਕਲਸ ਵਾਲੀ ਤੇ ਸਪੈਸ਼ਲ ਰੈਜੋਲੂਸ਼ਨ ਵਾਲੀ, ਔਰ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ 'ਚ ਪਾਸ ਕਰਕੇ ਹੀ ਚੱਲ ਜਾਏਗਾ। ਠੀਕ ਹੈ। ਦੈਨ ਦ ਬਾਈਬੈਕ ਇਜ਼ 25% ਔਰ ਲੈਸ ਆਫ ਦਾ ਟੋਟਲ ਪੇਡ ਅਪ ਕੈਪੀਟਲ ਐਂਡ ਫ੍ਰੀ ਰਿਜ਼ਰਵਸ ਆਫ ਦਾ ਕੰਪਨੀ। ਇਹ ਹੁਣ ਸਾਡੀ ਤੀਜੀ ਮੇਨ ਕੰਡੀਸ਼ਨ ਆ ਗਈ। ਜਿਹੜੀ ਦੂਜੀ ਕੰਡੀਸ਼ਨ ਦੇ ਵਿੱਚ 10% ਤੋਂ ਘੱਟ ਵਾਲੀ ਗੱਲ ਹੈ ਉਹ ਅਲੱਗ ਚੀਜ਼ ਹੈ, ਇਹ ਅਲੱਗ ਚੀਜ਼ ਹੈ ਵੀ ਸਾਡੀ ਟੋਟਲ ਬਾਈਬੈਕ ਕਿਸੇ ਵੀ ਸਾਲ ਦੇ ਵਿੱਚ ਅਸੀਂ ਟੋਟਲ ਪੇਡ ਅਪ ਕੈਪੀਟਲ ਪਲੱਸ ਫ੍ਰੀ ਰਿਜ਼ਰਵ ਦੇ 25% ਤੋਂ ਵੱਧ ਨਹੀਂ ਕਰ ਸਕਦੇ। ਸਾਡਾ ਬਾਈਬੈਕ ਮੈਕਸੀਮਮ ਅਪ ਟੂ ਪੇਡ ਅਪ ਕੈਪੀਟਲ ਪਲੱਸ ਫ੍ਰੀ ਰਿਜ਼ਰਵ ਦੇ 25%। ਤੇ ਇਹਦੇ ਵਿੱਚ ਫਿਰ ਅੱਗੋਂ ਇੱਕ ਰਿਸਟ੍ਰਿਕਸ਼ਨ ਲਗਾਈ ਹੈ, ਉਹ ਰਿਸਟ੍ਰਿਕਸ਼ਨ ਕੀ ਹੈ? ਪ੍ਰੋਵਾਈਡਿਡ ਦੈਟ ਦ ਬਾਈਬੈਕ ਆਫ ਇਕੁਇਟੀ ਸ਼ੇਅਰ ਇਨ ਐਨੀ ਫਾਈਨੈਂਸ਼ੀਅਲ ਈਅਰ ਸ਼ੈਲ ਨੋਟ ਐਕਸੀਡ 25% ਆਫ ਇਟਸ ਟੋਟਲ ਪੇਡ ਅਪ ਇਕੁਇਟੀ ਕੈਪੀਟਲ ਇਨ ਦਾ ਫਾਈਨੈਂਸ਼ੀਅਲ ਈਅਰ। ਇੱਕ ਸਾਲ 'ਚ ਤੁਸੀਂ ਪੇਡ ਅਪ ਕੈਪੀਟਲ ਦੇ 25% ਤੋਂ ਵੱਧ ਵੀ ਨਹੀਂ ਕਰ ਸਕਦੇ। ਵੈਸੇ ਟੋਟਲ ਤੁਸੀਂ 25% ਕੈਪੀਟਲ ਪਲੱਸ ਫ੍ਰੀ ਰਿਜ਼ਰਵ ਤੋਂ ਵੱਧ ਨਹੀਂ ਕਰ ਸਕਦੇ, ਔਰ ਇੱਕ ਸਾਲ ਦੇ ਵਿੱਚ ਕੈਪੀਟਲ ਦੇ 25% ਤੋਂ ਵੱਧ ਨਹੀਂ ਕਰ ਸਕਦੇ ਬਾਈਬੈਕ ਜਦੋਂ ਵੀ ਤੁਸੀਂ ਕਰਨਾ। ਠੀਕ ਹੈ।
ਉਸ ਤੋਂ ਬਾਅਦ ਅਗਲੀ ਕੰਡੀਸ਼ਨ ਹੈ ਦਾ ਰੇਸ਼ੋ ਆਫ ਦਾ ਡੈਟ ਓਡ ਬਾਈ ਦਾ ਕੰਪਨੀ ਇਜ਼ ਨੋਟ ਮੋਰ ਦੈਨ ਟਵਾਈਸ ਦਾ ਕੈਪੀਟਲ ਐਂਡ ਇਟਸ ਪ੍ਰੀ ਰਿਜ਼ਰਵ ਆਫਟਰ ਸੱਚ ਬਾਈਬੈਕ। ਜਦੋਂ ਬਾਈਬੈਕ ਪ੍ਰੋਸੈਸ ਤੁਹਾਡਾ ਕੰਪਲੀਟ ਹੋ ਜਾਵੇ ਉਸ ਤੋਂ ਬਾਅਦ ਜਿਹੜੀ ਹੈ ਤੁਹਾਡਾ ਜਿਹੜਾ ਹੈ ਡੈਟ ਇਕਵਿਟੀ ਰੇਸ਼ੋ ਹੈ ਉਹ 2:1 ਤੋਂ ਵੱਧ ਨਹੀਂ ਹੋਣੀ ਚਾਹੀਦੀ। ਯਾਨੀ ਜਿਹੜੇ ਡੈਟ ਹੈ ਲੌਂਗ ਟਰਮ ਡੈਟ ਸ਼ੋਰਟ ਟਰਮ ਡੈਟ, ਡੈਟ ਇਕਵਿਟੀ ਰੇਸ਼ੋ ਜਿਹੜੀ ਅਸੀਂ ਕਰਦੇ ਹਾਂ ਲੌਂਗ ਟਰਮ ਪਲੱਸ ਸ਼ੋਰਟ ਟਰਮ ਡੈਟ ਡਿਵਾਈਡਡ ਬਾਈ ਇਕਵਿਟੀ, ਇਹ 2 ਤੋਂ ਵੱਧ ਨਹੀਂ ਹੋਣੀ ਚਾਹੀਦੀ। ਯਾਨੀ ਇਕਵਿਟੀ ਡੈਟ ਡਿਵਾਈਡਡ ਬਾਈ ਇਕਵਿਟੀ, ਯਾਨੀ ਡੈਟ ਇਕਵਿਟੀ ਤੋਂ ਡਬਲ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਜੇ 10 ਲੱਖ ਦੀ ਤੁਹਾਡੀ ਇਕਵਿਟੀ ਬਣ ਰਹੀ ਹੈ, ਇਕਵਿਟੀ ਮੀਨਸ ਇਕਵਿਟੀ ਕੈਪੀਟਲ ਪਲੱਸ ਰਿਜ਼ਰਵਸ, ਠੀਕ ਹੈ, ਤੇ ਜਿਹੜੇ ਡੈਟ ਹੈ ਉਧਾਰੀ ਜਿਹੜੀ ਹੈ ਉਹ 20 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ, ਠੀਕ ਹੈ। ਇਹ ਵੀ ਇੱਕ ਰਿਸਟ੍ਰਿਕਸ਼ਨ ਹੈ, ਡੈਟ ਇਕਵਿਟੀ ਰੇਸ਼ੋ 2 ਤੋਂ ਵੱਧ ਨਹੀਂ ਹੋਣੀ ਚਾਹੀਦੀ। ਆਲ ਦਾ ਸ਼ੇਅਰਸ ਔਫ ਸਪੈਸੀਫਾਈਡ ਸਿਕਿਉਰਿਟੀਜ਼ ਫੋਰ ਬਾਈਬੈਕ ਆਰ ਫੁੱਲੀ ਪੇਡ ਅਪ। ਜਿਹੜੇ ਵੀ ਸ਼ੇਅਰਸ ਜਾਂ ਸਿਕਿਉਰਿਟੀਜ਼ ਨੂੰ ਤੁਸੀਂ ਬਾਈਬੈਕ ਕਰਨਾ ਉਹ ਫੁੱਲੀ ਪੇਡ ਅਪ ਹੋਣੇ ਜ਼ਰੂਰੀ ਹੈ। ਦ ਬਾਈਬੈਕ ਇਜ਼ ਮੇਡ ਆਊਟ ਆਫ ਫ੍ਰੀ ਰਿਜ਼ਰਵ ਵਿਚ ਇੰਕਲੂਡ ਸਿਕਿਉਰਿਟੀ ਪ੍ਰੀਮੀਅਮ। ਬਾਈਬੈਕ ਫ੍ਰੀ ਰਿਜ਼ਰਵ ਦੇ ਵਿੱਚੋਂ ਕੀਤਾ ਜਾਏਗਾ, ਉਹਦੇ ਵਿੱਚ ਜਿਹੜਾ ਹੈ ਸਿਕਿਉਰਿਟੀ ਪ੍ਰੀਮੀਅਮ ਵੀ ਇੰਕਲੂਡ ਕੀਤਾ ਜਾਏਗਾ, ਜਾਂ ਔਰ ਆਊਟ ਆਫ ਦਾ ਪ੍ਰੋਸੀਡਸ ਆਫ ਫਰੈਸ਼ ਇਸ਼ੂ ਆਫ ਦਾ ਸ਼ੇਅਰਸ ਔਫ ਸਪੈਸੀਫਾਈਡ ਸਿਕਿਉਰਿਟੀਜ਼, ਜਾਂ ਨਵੇਂ ਸ਼ੇਅਰ ਇਸ਼ੂ ਕਰਕੇ ਉੱਥੋਂ ਬਾਈਬੈਕ ਕੀਤਾ ਜਾਏਗਾ। ਇਹ ਆਪਾਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ ਵੀ ਕਿੰਨੀ ਕੈਪੀਟਲ ਕੈਂਸਲ ਕਰਾਂਗੇ, ਉਹਦੇ ਬਰਾਬਰ ਦਾ CRR ਜਾਂ ਫਰੈਸ਼ ਇਸ਼ੂ ਜਾਂ ਦੋਨਾਂ ਦਾ ਮਿਕਸ ਜਿਹੜਾ ਹੈ ਉਹ ਹੋਣਾ ਚਾਹੀਦਾ। ਦਾ ਬਾਈਬੈਕ ਇਜ਼ ਕੰਪਲੀਟਿਡ ਵਿਦ ਇਨ 12 ਮੰਥਸ ਆਫ ਦਾ ਪਾਸਿੰਗ ਆਫ ਦਾ ਸਪੈਸ਼ਲ ਰੈਜੋਲੂਸ਼ਨ ਔਰ ਰੈਜੋਲੂਸ਼ਨ ਪਾਸ ਬਾਈ ਦਾ ਬੋਰਡ। ਅਗਰ 10% ਤੋਂ ਘੱਟ ਵਾਲਾ ਤਾਂ ਬੋਰਡ ਦੇ ਰੈਜੋਲੂਸ਼ਨ ਨਾਲ ਚੱਲਣਾ ਹੈ, 10% ਤੋਂ ਵੱਧ ਹੈ ਤਾਂ ਤੁਸੀਂ ਸਪੈਸ਼ਲ ਰੈਜੋਲੂਸ਼ਨ ਪਾਸ ਕਰਨਾ। ਤਾਂ ਵਿਦ ਇਨ 12 ਮੰਥਸ ਤੁਸੀਂ ਜਿਹੜਾ ਹੈ ਬਾਈਬੈਕ ਪ੍ਰੋਸੈਸ ਜਿਹੜਾ ਹੈ ਉਹ ਖਤਮ ਕਰਨਾ ਹੈ ਕੰਪਨੀ ਨੇ। ਬਿਫੋਰ ਮੇਕਿੰਗ ਸੱਚ ਬਾਈਬੈਕ ਅ ਲਿਸਟਿਡ ਕੰਪਨੀ ਹੈਜ਼ ਟੂ ਫਾਈਲ ਵਿਦ ਰਜਿਸਟਰ ਆਫ ਦਾ ਕੰਪਨੀਜ਼ ਐਂਡ ਸੈਬੀ ਅ ਡੈਕਲੇਰੇਸ਼ਨ ਆਫ ਸੋਲਵੈਂਸੀ ਇਨ ਦਾ ਪ੍ਰੈਸਕ੍ਰਾਈਬਡ ਫਾਰਮ। ਪ੍ਰੈਸਕ੍ਰਾਈਬਡ ਫਾਰਮ ਦੇ ਵਿੱਚ ਕੰਪਨੀ ਨੇ ਇਹ ਡਿਕਲੇਅਰ ਕਰਨਾ ਹੈ ਕਿ ਕੰਪਨੀ ਸਾਊਂਡ ਪੋਜੀਸ਼ਨ 'ਚ ਹੈ, ਕੰਪਨੀ ਸੋਲਵੈਂਟ ਹੈ, ਕੰਪਨੀ ਕਿਤੇ ਵੀ ਇਨਸੋਲਵੈਂਟ ਹੋਣ ਦੀ ਕੰਡੀਸ਼ਨ 'ਚ ਨਹੀਂ ਹੈ ਕਿ ਉਹ ਬਾਈਬੈਕ ਸ਼ੇਅਰ ਕਰ ਰਹੀ, ਕੰਪਨੀ ਸੋਲਵੈਂਟ ਕੰਡੀਸ਼ਨ 'ਚ ਹੈ। ਇਹ ਰਜਿਸਟਰ ਆਫ ਕੰਪਨੀਜ਼ ਤੇ ਸੈਬੀ ਨੂੰ ਤੁਸੀਂ ਜਿਹੜਾ ਹੈ ਸਬਮਿਟ ਕਰਾਉਣਾ ਹੈ। ਦੈਨ ਅਕੋਰਡਿੰਗ ਟੂ ਸੈਕਸ਼ਨ 68(5) ਦਾ ਬਾਈਬੈਕ ਮੇ ਬੀ ਮੇਡ ਫਰੋਮ ਦਾ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਔਰ ਸਿਕਿਉਰਿਟੀ ਹੋਲਡਰਸ ਔਨ ਏ ਪ੍ਰਪੋਰਸ਼ਨੇਟ ਬੇਸਿਸ ਫਰੋਮ ਦਾ ਓਪਨ ਮਾਰਕੀਟ ਔਰ ਬਾਈ ਪਰਚੇਜਿੰਗ ਦਾ ਸਿਕਿਉਰਿਟੀ ਇਸ਼ੂ ਟੂ ਇੰਪਲੋਈਜ਼ ਆਫ ਦਾ ਕੰਪਨੀ ਇਨ ਪਰਸੂਐਂਟ ਟੂ ਏ ਸਕੀਮ ਆਫ ਸਟਾਕ ਆਪਸ਼ਨ ਔਰ ਸਵੈਟ ਇਕਵਿਟੀ। ਯਾਨੀ ਇਹਨਾਂ ਤਿੰਨਾਂ 'ਚੋਂ ਕਿਸੇ ਵੀ ਇੱਕ ਮੈਥਡ ਨੂੰ ਅਡੋਪਟ ਕਰਕੇ ਤੁਸੀਂ ਜਿਹੜਾ ਹੈ ਬਾਈਬੈਕ ਪ੍ਰੋਸੈਸ ਕਰ ਸਕਦੇ ਹੋ। ਮੰਨ ਲਓ ਤੁਸੀਂ 10 ਲੱਖ ਦੇ 10 ਲੱਖ ਸ਼ੇਅਰਾਂ 'ਚੋਂ 2 ਲੱਖ ਸ਼ੇਅਰ ਬਾਈਬੈਕ ਕਰਨ ਲੱਗ ਗਏ ਹੋ, ਤਾਂ ਤੁਸੀਂ ਬਾਈਬੈਕ ਜਾਂ ਤਾਂ ਪ੍ਰਪੋਰਸ਼ਨੇਟ, ਪ੍ਰਪੋਰਸ਼ਨੇਟ ਦਾ ਮਤਲਬ ਹੈ ਫੋਰ ਐਗਜ਼ਾਮਪਲ ਤੁਸੀਂ 10 ਲੱਖ 'ਚੋਂ 2 ਲੱਖ ਕਰ ਰਹੇ ਹੋ, ਯਾਨੀ 20% ਕੈਪੀਟਲ ਬਾਈਬੈਕ ਕਰ ਰਹੇ ਹੋ, ਤਾਂ ਜਿਹਦੇ ਕੋਲ 10 ਸ਼ੇਅਰ ਆ ਉਹਦੇ 2 ਸ਼ੇਅਰ ਬਾਈਬੈਕ ਕਰ ਲਓਗੇ, ਜਿਹਦੇ ਕੋਲ 100 ਸ਼ੇਅਰ ਆ ਉਹਦੇ 20 ਸ਼ੇਅਰ ਬਾਈਬੈਕ ਕਰ ਲਓਗੇ, ਜਿਹਦੇ 1,000 ਸ਼ੇਅਰ ਆ ਉਹਦੇ 200 ਸ਼ੇਅਰ ਬਾਈਬੈਕ ਹੋ ਜਾਣਗੇ, ਪ੍ਰਪੋਰਸ਼ਨੇਟਲੀ ਸ਼ੇਅਰ ਬਾਈਬੈਕ ਹੋ ਜਾਣਗੇ ਫਰੋਮ ਓਪਨ ਮਾਰਕੀਟ। ਓਪਨ ਮਾਰਕੀਟ 'ਚ ਜਿਹੜੇ ਵੀ ਸੈਲਰ ਅਵੇਲੇਬਲ ਆ ਉਹਨਾਂ ਕੋਲੋਂ ਤੁਸੀਂ ਸ਼ੇਅਰ ਖਰੀਦ ਲਓ, ਉਹ ਹੋ ਸਕਦਾ ਕੋਈ 1,000 ਸ਼ੇਅਰ ਵਾਲਾ ਪੂਰੇ 1,000 ਵੇਚ ਜਾਵੇ, ਤੇ ਹੋ ਸਕਦਾ ਕੋਈ ਘੱਟ ਵੇਚੇ। ਇਹ ਡਿਪੈਂਡ ਕਰਦਾ ਤੁਸੀਂ ਜਿੰਨੇ ਸ਼ੇਅਰ ਬਾਈਬੈਕ ਕਰਨੇ ਓਪਨ ਮਾਰਕੀਟ 'ਚੋਂ ਬਾਈਬੈਕ ਕਰ ਸਕਦੇ ਹੋ। ਤੀਸਰਾ ਹੈ ਆਪਣੇ ਹੀ ਇੰਪਲੋਈਜ਼ ਨੂੰ ਜਿਹੜੇ ਤੁਸੀਂ ਐਜ਼ ਅ ਸਟਾਕ ਆਪਸ਼ਨ ਸ਼ੇਅਰ ਦਿੱਤੇ ਹੋਏ ਆ ਉਹਨਾਂ ਸ਼ੇਅਰਾਂ ਨੂੰ ਬਾਈਬੈਕ ਕਰ ਲੈਣਾ, ਠੀਕ ਹੈ। ਤਾਂ ਤਿੰਨਾਂ 'ਚੋਂ ਕੋਈ ਵੀ ਆਪਸ਼ਨ ਤੁਸੀਂ ਲੈ ਕੇ ਬਾਈਬੈਕ ਪ੍ਰੋਸੈਸ ਕਰ ਸਕਦੇ ਹੋ। ਸੈਕਸ਼ਨ 68(8) ਸਟੇਟਸ ਦੈਟ ਵੇਅਰ ਅ ਕੰਪਨੀ ਕੰਪਲੀਟਸ ਬਾਈਬੈਕ ਆਫ ਇਟਸ ਸ਼ੇਅਰਸ ਔਰ ਅਦਰ ਸਪੈਸੀਫਾਈਡ ਸਿਕਿਉਰਿਟੀਜ਼ ਇਟ ਕੈਨ ਨੋਟ ਮੇਕ ਫਰਦਰ ਇਸ਼ੂ ਆਫ ਦਾ ਸੇਮ ਕਾਇੰਡ ਆਫ ਸ਼ੇਅਰਸ। ਇਹ ਆਪਾਂ ਪਹਿਲੇ ਵੀ ਗੱਲ ਕੀਤੀ ਸੀ ਵੀ ਸੇਮ ਕਾਇੰਡ ਆਫ ਸ਼ੇਅਰ ਦੁਆਰਾ ਨਹੀਂ ਇਸ਼ੂ ਕਰ ਸਕਦੇ ਔਰ ਸਪੈਸੀਫਾਈਡ ਸਿਕਿਉਰਿਟੀ ਵਿਦ ਇਨ ਅ ਪੀਰੀਅਡ ਆਫ 6 ਮੰਥਸ। ਇਹ ਰਿਸਟ੍ਰਿਕਸ਼ਨ 6 ਮਹੀਨੇ ਤੱਕ ਹੈ, ਜਦੋਂ ਬਾਈਬੈਕ ਕੀਤਾ ਉਸ ਤੋਂ 6 ਮਹੀਨੇ ਦੇ ਅੰਦਰ ਅੰਦਰ ਸਿਮਿਲਰ ਟਾਈਪ ਦੇ ਸ਼ੇਅਰ ਤੁਸੀਂ ਦੁਬਾਰਾ ਇਸ਼ੂ ਨਹੀਂ ਕਰ ਸਕਦੇ, ਐਕਸੈਪਟ ਕੁਝ ਕੇਸਿਸ ਦੇ ਵਿੱਚ ਇਹ ਕਰ ਸਕਦੇ ਹੋ। ਕਦੋਂ? ਐਕਸੈਪਟ ਬਾਈ ਵੇ ਆਫ ਬੋਨਸ ਇਸ਼ੂ। ਅਗਰ ਤੁਸੀਂ ਆਪਣੇ ਸ਼ੇਅਰ ਹੋਲਡਰਸ ਨੂੰ ਬੋਨਸ ਦੇਣਾ ਚਾਹੁੰਦੇ ਹੋ ਤਾਂ ਬੋਨਸ ਇਸ਼ੂ ਮੇ ਬੀ ਦੇਅਰ।
ਠੀਕ ਹੈ, ਇਨ ਦਾ ਡਿਸਚਾਰਜ ਆਫ ਸਬਸਿਸਟਿੰਗ ਓਬਲੀਗੇਸ਼ਨ ਸੱਚ ਐਜ਼ ਕਨਵਰਸ਼ਨ ਆਫ ਵਾਰੰਟਸ, ਸਟਾਕ ਆਪਸ਼ਨ ਸਕੀਮ, ਸਵੈਟ ਇਕਵਿਟੀ, ਕਨਵਰਸ਼ਨ ਆਫ ਪ੍ਰੈਫਰੈਂਸ਼ਸ ਔਰ ਡਿਬੈਂਚਰਸ ਇਨਟੂ ਇਕਵਿਟੀ ਸ਼ੇਅਰਸ। ਜੇ ਕੋਈ ਕਨਵਰਸ਼ਨ ਸਕੀਮ ਤੁਸੀਂ ਜਦੋਂ ਇਹ ਚੀਜ਼ਾਂ ਇਸ਼ੂ ਕੀਤੀਆਂ ਹੈ, ਵਾਰੰਟ, ਸਟਾਕ ਆਪਸ਼ਨ ਜਾਂ ਸਵੈਟ ਇਕਵਿਟੀ ਜਾਂ ਪ੍ਰੈਫਰੈਂਸ ਸ਼ੇਅਰਸ ਜਾਂ ਡਿਬੈਂਚਰਸ, ਉਹਦੇ ਨਾਲ ਕਨਵਰਸ਼ਨ ਸਕੀਮ ਸੀਗੀ ਕਿ ਉਹਨਾਂ ਨੂੰ ਇੱਕ ਕੁਝ ਟਾਈਮ ਬਾਅਦ ਇਕਵਿਟੀ ਸ਼ੇਅਰਸ ਕਨਵਰਟ ਕੀਤਾ ਜਾ ਸਕਦਾ ਹੈ, ਤਾਂ ਉਹ ਉਹਦੇ ਲਈ ਤੁਸੀਂ ਜਿਹੜਾ ਹੈ ਇਹ ਯੂਜ਼ ਕਰ ਸਕਦੇ ਹੋ। ਅਦਰਵਾਈਜ਼ ਵਿਦਇਨ 6 ਮੰਥ ਸਿਮਿਲਰ ਟਾਈਪ ਦੇ ਸ਼ੇਅਰ ਤੁਸੀਂ ਦੁਬਾਰਾ ਇਸ਼ੂ ਨਹੀਂ ਕਰ ਸਕਦੇ। ਐਜ਼ ਪਰ ਸੈਕਸ਼ਨ 69, ਵੇਅਰ ਅ ਕੰਪਨੀ ਪਰਚੇਜ਼ਿਸ ਇਟਸ ਓਨ ਸ਼ੇਅਰਸ ਆਊਟ ਆਫ ਫ੍ਰੀ ਰਿਜ਼ਰਵਸ ਆਫ ਸਿਕਿਉਰਿਟੀ ਪ੍ਰੀਮੀਅਮ ਅਕਾਊਂਟ, ਦੈਨ ਅ ਕੰਪਨੀ ਇਜ਼ ਰਿਕੁਆਇਰਡ ਟੂ ਟ੍ਰਾਂਸਫਰ ਅ ਸਮ ਇਕੁਅਲ ਟੂ ਨੋਮੀਨਲ ਵੈਲਿਊ ਆਫ ਦਾ ਸ਼ੇਅਰਸ ਸੋ ਬੋਟ ਬੈਕ ਟੂ ਕੈਪੀਟਲ ਰਿਡੰਪਸ਼ਨ ਰਿਜ਼ਰਵ। ਇਹ ਵੀ ਗੱਲ ਆਪਾਂ ਪਹਿਲੇ ਕਰ ਚੁੱਕੇ ਹਾਂ ਵੀ ਸੈਕਸ਼ਨ 69 ਨੇ ਕੰਡੀਸ਼ਨ ਲਗਾਈ ਹੈ ਕਿ ਅਗਰ ਕੰਪਨੀ ਆਪਣੇ ਬਾਇਬੈਕ ਜਿਹੜਾ ਹੈ ਫ੍ਰੀ ਰਿਜ਼ਰਵ ਚੋਂ ਜਾਂ ਸਿਕਿਉਰਿਟੀ ਪ੍ਰੀਮੀਅਮ ਚੋਂ ਕਰ ਰਹੀ ਹੈ ਤਾਂ ਉਹਨੂੰ ਕੈਪੀਟਲ ਰਿਡੰਪਸ਼ਨ ਰਿਜ਼ਰਵ ਬਣਾਉਣਾ ਜ਼ਰੂਰੀ ਹੈ ਕੰਪਨੀ ਅਗਰ ਇਸ ਤਰ੍ਹਾਂ ਦਾ ਸਟੈਪ ਲੈ ਰਹੀ ਹੈ। ਠੀਕ ਹੈ, ਦਿਸ ਇਜ਼ ਆਲ ਅਬਾਊਟ ਦਾ ਰੈਗੂਲੇਸ਼ਨਸ। ਫਸਟ ਟੋਪਿਕ ਦੇ ਵਿੱਚ ਮੈਂ ਰੈਗੂਲੇਸ਼ਨਸ ਨੂੰ ਹੀ ਡਿਸਕਸ ਕੀਤਾ ਹੈ, ਅਗਲੇ ਲੈਕਚਰ ਦੇ ਵਿੱਚ ਮੈਂ ਅਕਾਊਂਟਿੰਗ ਪ੍ਰੋਸੀਜਰ ਜਿਹੜਾ ਹੈ ਬਾਇਬੈਕ ਦਾ ਵਿਦ ਸਮ ਐਗਜ਼ਾਮਪਲਸ ਡਿਸਕਸ ਕਰਾਂਗਾ, ਜਿਹਦੇ 'ਚ ਅਕਾਊਂਟਿੰਗ ਦਾ ਸਾਰਾ ਪ੍ਰੋਸੈਸ ਜਿਹੜਾ ਹੈ ਉਹ ਡਿਸਕਸ ਹੋਏਗਾ। ਤੁਸੀਂ ਅਗਰ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਤਾਂ ਮੇਰੇ ਵੀਡੀਓ ਨੂੰ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਕੀ ਤੁਹਾਡਾ ਸਭ ਦਾ ਧੰਨਵਾਦ ਸੁਣਨ ਵਾਸਤੇ, ਥੈਂਕ ਯੂ। ਇਹ ਜਿਹੜੀ ਜੋ ਵੀ ਮਟੀਰੀਅਲ ਹੈ ਇਹ ਮੈਂ ਕਾਰਪੋਰੇਟ ਅਕਾਊਂਟਿੰਗ ਦੀ ਬੁੱਕ SP ਜੈਨ ਐਂਡ KL ਨਾਰੰਗ ਦੀ ਕਲਿਆਣੀ ਪਬਲਿਸ਼ਰ ਦੀ ਬੁੱਕ ਜਿਹੜੀ ਹੈ ਉਹਦੇ ਵਿੱਚੋਂ ਇਹ ਮਟੀਰੀਅਲ ਤੁਹਾਨੂੰ ਸ਼ੇਅਰ ਕੀਤਾ ਹੈ, ਡਿਸਕਸ ਕੀਤਾ ਤੁਹਾਡੇ ਨਾਲ। ਉਮੀਦ ਕਰਾਂਗਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਥੈਂਕ ਯੂ ਐਵਰੀਵਨ ਫੋਰ ਲਿਸਨਿੰਗ ਮਾਈ ਲੈਕਚਰ। ਓਕੇ, ਥੈਂਕ ਯੂ ਬੇਟਾ, ਥੈਂਕ ਯੂ ਆਲ।